ਸਾਰੀਆਂ ਖਬਰਾਂ ਵੱਲ ਅਪ ਚੱਲ ਗਏ ਜਰਾ ਇਧਰੋਂ ਕਾਂਗਰਸ ਵਾਲਿਆਂ ਦੀ ਸੂਚੀ ਵੀ ਆ ਗਈ ਆਮ ਆਰਮੀ ਪਾਰਟੀ ਵਾਲਿਆਂ ਦੀ ਪਹਿਲਾਂ ਆ ਗਈ ਆ ਕਾਂਗਰਸ ਵਾਲੇ ਵੀ ਆ ਗਈ ਆ ਸੰਗਰੂਰ ਤੋਂ ਸ਼ੁਰੂ ਕਰ ਲਈਏ ਸੰਗਰੂਰ ਦੇ ਵਿੱਚ ਕਿਵੇਂ ਦਾ ਲੱਗਦਾ ਮੁਕਾਬਲਾ ਨਹੀਂ ਮੁਕਾਬਲਾ ਤਾਂ ਹੁਣ ਤੁਸੀਂ ਦੇਖੋਗੇ ਤੇ ਪੂਰਾ ਪੱਖ ਜਾਣਾ ਹੈ ਵੈਸੇ ਤੇ ਸਾਰੇ ਪਾਸੇ ਝੋਟ ਜਿਹੜੀ ਆ ਪੂਰੀ ਬਰਾਬਰ ਦੀ ਹੋਊਗੀ ਐਸਾ ਨਹੀਂ ਹੈ ਕਿ ਕਿਉਂਕਿ ਦੇਖੋ ਬਹੁਤ ਕੋਈ ਮੁਕਾਬਲੇ ਜਿਹੜੇ ਹੁੰਦੇ ਆ ਆਪਣੇ ਆਪ ਹੀ ਰੌਚਕ ਹੋ ਜਾਂਦੇ ਕਿਉਂਕਿ ਉਹਦੇ ਵਿੱਚ ਇੱਕ ਤੋਂ ਵੱਧ ਜਦੋਂ ਚਿਹਰੇ ਆਕੇ ਆਪਸ ਦੇ ਵਿੱਚ ਮੁਕਾਬਲੇਬਾਜ਼ੀ ਕਰਦੇ ਆ ਜ਼ਹਰਾ ਕਿ ਭਈ ਉਹ ਫਿਰ ਹੌਟ ਤੇ ਹੋਈ ਜਾਂਦਾ ਮਸਲਾ ਜੀ ਜੀ ਸੰਗਰੂਰ ਵੇਖੋ ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਬਾਰੇ ਆਪਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਖਹਿਰਾ ਸਾਹਿਬ ਆਉਣਗੇ ਹਾਂਜੀ ਹਾਂਜੀ ਠੀਕ ਹੈ ਜੀ ਚੰਨੀ ਸਾਹਿਬ ਆਉਣਗੇ ਉਹ ਆ ਗਏ ਨੇ ਕਿਉਂਕਿ ਐਤਕੀ ਜੇ ਤੁਸੀਂ ਦੇਖੋਗੇ ਨਾ ਪੰਜਾਬ ਦੀ ਰਾਜਨੀਤੀ ਚ ਤੇ ਮੀਡੀਆ ਚ ਦੋ ਚੀਜ਼ਾਂ ਜਿਹੜੀਆਂ ਨਾਲ-ਨਾਲ ਚੱਲਦੀਆਂ ਨੇ ਰਾਜਨੀਤੀ ਤੇ ਮੀਡੀਆ ਇਕੱਠੇ ਹੀ ਚੱਲਦੇ ਆ ਤਾਂ ਇਹਦੇ ਵਿੱਚ ਐਤਕੀ ਜਿੰਨੀਆਂ ਵੀ ਚਰਚਾਵਾਂ ਚੱਲੀਆਂ तकरीबन तकरीबन ਉਹ ਸਾਰੀਆਂ ਜਿਹੜੀਆਂ ਮੁੜ ਕੇ ਹਕੀਕੀ ਰੂਪ ਚ ਜਿਹੜੀਆਂ ਨੇ ਨਾ ਉਹ ਬਦਲੀਆਂ ਜੀ ਤੁਸੀਂ ਇੱਕ ਹੈਡਿੰਗ ਦਿੱਤੀ ਕਿ ਤੀਨੂ ਸਾਬ ਚਲੇ ਗਏ ਤਾਂ ਤੁਸੀਂ ਦੇਖੋ ਕਿ ਚਾਰ ਦਿਨ ਪਹਿਲਾਂ ਹੀ ਪੱਤਰਕਾਰਾਂ ਚ ਗੱਲ ਚੱਲ ਪਈ ਸੀ ਕਿ ਤੀਨੂ ਸਾਬ ਜਾ ਰਹੇ ਆ ਜੀ ਤੇ ਇਹਨਾਂ ਨੂੰ ਸਫਾਈ ਵੀ ਦੇਣੀ ਪਈ ਭੌਂਕੇ ਫੇਰੇ ਉੱਥੇ ਚਲੇ ਗਏ ਫਿਰ ਸਫਾਈ ਦੇਣ ਦੀ ਕੀ ਜ਼ਰੂਰਤ ਐ ਨਹੀਂ ਉਹ ਕਨੇ ਝਾੜੂ ਚੱਕ ਲਓ ਉਸ ਨਾਲ ਸਫਾਈ ਕਰਤੀ ਜਿੱਦੀ ਸਫਾਈ ਚਲੋ ਅੱਛਾ ਦੇਖੋ ਗੱਲ ਇਹ ਆ ਕਿ ਹੁਣ ਸੁਖਪਾਲ ਸਿੰਘ ਖਹਿਰਾ ਚੰਨੀ ਤੇ ਡਾਕਟਰ ਧਰਮਵੀਰ ਗਾਂਧੀ ਇਹ ਤਿੰਨ ਨਾਮ ਝੜੇ ਆ ਨਾ ਇਸ ਤਰ੍ਹਾਂ ਦੇ ਆ ਕਿ ਜਿਹਦੇ 'ਚ ਆਪਾਂ ਕਹਿ ਸਕਦੇ ਆ ਕਿ ਬਥੇਰਾ ਕੁਝ ਲੁਕਿਆ ਹੋਇਆ ਯਾਨੀ ਡਾਕਟਰ ਧਰਮਵੀਰ ਗਾਂਧੀ ਦਾ ਇਲਾਨੀਆਂ ਲਾਲ ਸਿੰਘ ਦੇ ਮੁੰਡੇ ਨੇ ਆਖਿਆ ਕੰਬੋਜ ਨੇ ਆਖਿਆ ਅਸੀਂ ਵਿਰੋਧ ਕਰਾਂਗੇ ਪਰ ਨਹੀਂ ਅਗਲੇ ਨੇ ਉਤਲਿਆਨੇ ਉਹਨਾਂ ਆਖਿਆ ਕਿ ਚਲੋ ਭਾਈ ਮੰਨਣਾ ਪਾਏਗਾ ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਕੋਈ ਹਿਲਜੁਲ ਵੀ ਹੈ ਨਹੀਂ ਪਟਿਆਲੇ ਚ ਨਾ ਨਾ ਉਸ ਤੋਂ ਬਾਅਦ ਕਿਤੇ ਵੀ ਨਹੀਂ ਹੈ ਈਵਨ ਦੇਖੋ ਜਲੰਧਰ ਦੇ ਵਿੱਚ ਵੀ ਚੰਨੀ ਹਾਂਜੀ ਉੱਥੇ ਵੀ ਕਿਉਂਕਿ ਦੇਖੋ ਨਾ ਕਾਂਗਰਸ ਦਾ ਜਿਹੜਾ ਮੂਵ ਸੀਗਾ ਉਹ ਹੁਣ ਉੱਤੇ ਤੇ ਗੱਠ ਛੋੜ ਇਹਨਾਂ ਦਾ ਜਲੰਧਰ ਦਾ ਜਦੋਂ ਮਤਲਬ ਕਿ ਮਾਮਲਾ ਸੈੱਟ ਹੋ ਗਿਆ ਟੀਨੂ ਸਾਹਿਬ ਆ ਗਿਆ ਸਾਫ ਹੋ ਗਿਆ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਾ ਲੱਗ ਗਿਆ ਲੱਗ ਗਿਆ ਇਹਦਾ ਨਹੀਂ ਆਲਾਦੀਨ ਦਾ ਚਿਰਾਗ ਤਾਂ ਜਦੋਂ ਪਤਾ ਲੱਗ ਗਿਆ ਕਿ ਹਾਂ ਹੁਣ ਹੋਰ ਤਾਂ ਕੋਈ ਆਪਸ਼ਨ ਵੀ ਐ ਨਹੀਂ ਚੌਧਰੀ ਵਿਕਰਮਜੀਤ ਸਿੰਘ ਕਿੱਧਰ ਜਾ ਸਕਦੇ ਹੁਣ ਜਲੰਧਰ ਦਾ ਤਾਂ ਅਗਲੇ ਨੇ ਪਹਿਲਾ ਬੰਦੋਬਸਤ ਕਰ ਲਿਆ আচ্ছা ਉਹ ਵੀ ਛੱਡ ਦਿਓ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਨੂੰ ਰਾਜ਼ੀ ਕੀਤਾ ਗਿਆ ਕਿ ਹੁਸ਼ਿਆਰਪੁਰ ਤੁਹਾਨੂੰ ਲੜਾ ਦਿੰਨੇ ਉਕੇ ਚੱਬੇਬਾਲ ਉਥੋਂ ਨਿਕਲ ਗਏ ਜੀ ਤਾਂ ਹੁਸ਼ਿਆਰਪੁਰ ਤੋਂ ਹੋ ਸਕਦਾ ਕਿ ਚੌਧਰੀ ਫੈਮਿਲੀ ਨੂੰ ਉਥੋਂ ਲੜਾ ਦਿੱਤਾ ਚਾਂਸ ਮਿਲ ਜੇ ਉਹਨਾਂ ਨੂੰ ਜੀ ਤੇ ਦੂਜੀ ਗੱਲ ਜਿਹੜੀ ਆ ਕਿ ਹੁਣ ਜਿਹੜੀ ਸੂਚੀ ਆਪਾਂ ਦੇਖ ਰਹੇ ਆ ਚੰਨੀ ਜਲੰਧਰ ਦੇ ਵਿੱਚ ਪੂਰਾ ਮਤਲਬ ਕਿ ਪੂਰਾ ਘੋਲ ਬਣਨ ਦੇਗੇ ਜੀ ਇਹ ਸਾਫ਼ ਹੈ ਸਪਸ਼ਟ ਹੈ ਜੀ ਦੂਜੀ ਗੱਲ ਕਿ ਜਿਹੜੀ ਤੁਸੀਂ ਚਰਚਾ ਕਰਦੇ ਹੋ ਔਰ ਖਾਸ ਤੌਰ ਤੇ ਜਿਹੜੀ ਇਸ ਵੇਲੇ ਵੱਡੀ ਚਰਚਾ ਹੈ ਸੰਗਰੂਰ ਦੀ ਤਾਂ ਦੇਖੋ ਸੰਘਰੂਰ ਦਾ ਨਾ ਗੱਲ ਕੀ ਹੈ ਕਿ ਪਹਿਲਾਂ ਥੋੜਾ ਸਮੀਕਰਨ ਵੇਖਣ ਦੀ ਜ਼ਰੂਰਤ ਹੈ ਤੁਹਾਨੂੰ ਪਤਾ ਹੈ ਕਿ ਸੰਘਰੂਰ ਇੱਕ ਇਸ ਤਰ੍ਹਾਂ ਦੀ ਸੀਟ ਹੈ ਜਿੱਥੇ ਹਿੰਦੂ ਵੋਟ ਜ਼ਿਆਦਾ ਹੈ ਸ਼ਾਇਦ ਸिखਾਂ ਨਾਲੋਂ ਜੀ ਤੇ ਜੇ ਦਲਿਤ ਤੇ ਮੁਸਲਮ ਕੰਬੀਨੇਸ਼ਨ ਬਣਾ ਲੋਗੇ ਦੋਨਾਂ ਦਾ ਤਾਂ ਉਹਨਾਂ ਦੀ ਵੋਟ ਮੇਰੇ ਖਿਆਲ ਦੇ ਨਾਲ ਲਗਭਗ 35 ਤੋਂ 40 ਦੇ ਵਿਚਾਲੇ ਚਲੀ ਜਾਏਗੀ ਹਿੰਦੂ ਵੋਟ ਬਹੁਤ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਕਿਹਾ ਸਿੱਖ ਵੋਟ ਵੀ ਆ ਗਈ ਤਾਂ ਹਿੰਦੂ ਵੋਟ ਜਿਹੜੀ ਆ ਹੁਣ ਉਹਦੇ ਚ ਗਾਂ ਆਪਾਂ ਨੂੰ ਪਤਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਬਹੁਤ ਵੱਡੀ ਸਨਮਾਰੀ ਕੀਤੀ ਸਾਰਿਆਂ ਪਾਸੇ ਜੇ ਤੁਸੀਂ 2019 ਵਾਲਾ ਇਲੈਕਸ਼ਨ ਵੇਖੋਗੇ ਮਾਨ ਸਾਹਿਬ ਜਿਹੜੀਆਂ ਵੋਟਾਂ ਲੈ ਕੇ ਗਏ ਸੀਗੇ ਆਮ ਆਦਮੀ ਪਾਰਟੀ ਨੇ ਲਗਭਗ ਉਹ ਵੋਟ ਸ਼ੇਅਰ ਹਾਸਲ ਕਰ ਲਿਆ ਸੀਗਾ ਬਾਈਲੈਕਸ਼ਨ ਚ ਤੁਹਾਨੂੰ ਪਤਾ ਹੈ ਕਿ ਇਹਨਾਂ ਦਾ 35.79 ਸੀਗਾ ਮਾਨਸਾਪ ਦਾ ਤੇ ਉਹਨਾਂ ਦਾ 34 ਸਮਥਿੰਗਸ ਮਤਲਬ ਕਿ ਕਹਿ ਲੋ ਕਿ 1 ਫੀਸਦੀ ਤੋਂ ਘੱਟ ਅੰਤਰ ਹੈ ਇਹਨਾਂ ਦਾ ਅੱਛਾ ਜੀ ਹਾਂਜੀ ਇਹਨਾਂ ਦਾ 35 ਕੁਝ ਸੀ ਮਾਨਸਾਪ ਦਾ ਤੇ ਉਹਨਾਂ ਦਾ 34 90 ਸੀ ਸ਼ਾਇਦ ਇਹਨਾਂ ਦਾ 3569 ਕੁਸ਼ ਇਸ ਤਰ੍ਹਾਂ ਦਾ 3569 ਸੀ ਸ਼ਾਇਦ ਮਤਲਬ ਕਿ ਲਗਭਗ ਨੈਕ ਟੂ ਨੈਕ ਆਮ ਆਦਮੀ ਪਾਰਟੀ ਕੋਲ ਤਾਂ ਹੁਣ ਜੇ ਤੁਸੀਂ ਕਾਂਗਰਸ ਨੂੰ ਦੇਖੋਗੇ ਤਾਂ ਕਾਂਗਰਸ ਕਿੱਥੇ ਆ ਕਿ ਜਿਹਨੂੰ ਆਪਾਂ ਕਹਿੰਦੇ ਕਿ ਐਸੀ ਵੋਟ ਬਹੁਤ ਪੈ ਜਾਂਦੀ ਆ ਹੁਣ ਕਾਂਗਰਸ ਜਿਹੜੀ ਸੀਗੀ ਉਹਨੇ ਇਹ ਜਿਹੜਾ ਬਾਈ ਇਲੈਕਸ਼ਨ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਤਕਰੀਬਨ 15 ਫੀਸਦੀ ਦਾ ਘਾਟਾ ਖਾਦਾ ਤਕਰੀਬਨ 15% ਤਾਂ ਹੀ ਤੁਸੀਂ ਦੇਖੋਗੇ ਨਾ ਤਾਂ ਗੋਲਡੀ ਦੀ ਵੋਟ ਜਿਹੜੀ ਆ ਉਹ ਲਗਭਗ 79 ਹਜ਼ਾਰ ਨਿਕਲੀ ਸੀਗੀ ਜੀ ਯਾਨੀ ਕਾਂਗਰਸ ਨੂੰ ਬਹੁਤ ਵੱਡਾ ਖੋਰਾ ਲੱਗਾ ਸੀ ਪਰ ਸੁਖਪਾਲ ਸਿੰਘ ਖੈਰਾ ਤੇ ਆਉਣ ਦੇ ਨਾਲ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਿ ਭਈ ਇਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਨੂੰ ਮਿਹਨਤ ਕਰਨੀ ਪਵੇਗੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੇ ਨਾਲ ਨਾ ਇੱਕ ਕੰਬੀਨੇਸ਼ਨ ਬਣ ਜਾਂਦਾ ਹੈ ਜਿੱਦਾਂ ਆਪਾਂ ਪਿਛਲੀ ਵਾਰੀ ਵੇਖਿਆ ਮੈਂ ਖੁਦ ਗਿਆ ਸੀਗਾ ਉੱਥੇ ਲੰਘ ਰਿਹਾ ਸੀਗਾ ਮੈਂ ਇੱਕ ਬੈਠਾ ਸੀਗਾ ਨੌਜਵਾਨ ਦੇ ਕੋਲ ਦੁਕਾਨਦਾਰ ਸੀਗਾ ਤਾਂ ਉਸਨੇ ਦੱਸਿਆ ਸੀਗਾ ਉਹ ਵੀ ਗੁਰਸਿੱਖ ਨੌਜਵਾਨ ਸੀਗਾ ਬਹੁਤ ਅੱਛਾ ਸੀਗਾ ਦੁਕਾਨਦਾਰ ਸੀਗਾ ਤਾਂ ਉਸਨੇ ਕਿਹਾ ਕਿ ਮਤਲਬ ਕਿ ਉੱਥੇ ਮੁਸਲਮ ਜਿਹੜੀ ਵੋਟ ਹੈ ਨਾ 11% ਦਾ ਸ਼ਾਇਦ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਆਈ ਫੈਕਟਰ ਕੰਮ ਕਰ ਹਾਂਜੀ ਕਿ Hindu ਮੁਸਲਮ ਪੰਥਕ ਉਹ ਸਾਰਾ ਵੋਟ ਜਿਹੜਾ ਹੈ ਨਾ ਉਹ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜਦਾ ਗਿਆ। ਇਹ ਤਾਂ ਹੀ ਸਾਰਾ ਕੁਝ ਹੋਇਆ ਨਾ ਤਾਂ ਚਨੌਤੀ ਜਿਹੜੀ ਉਹ ਵੱਡੀ ਹੋਏਗੀ ਸੁਖਪਾਲ ਸਿੰਘ ਖੈਰਾ ਵਾਸਤੇ ਕਿ ਕਾਂਗਰਸ ਦਾ ਜਿਹੜਾ ਖੁਸਿਆ ਵੋਟ ਬੈਂਕ ਹੈ। ਯਾਨੀ 15 ਦਾ ਤਾਂ ਤੁਸੀਂ ਪਿਛਲੀ ਵਾਰ ਦਾ ਹੀ ਲਾ ਲਓ ਨਾ। ਵਾ ਇਲੈਕਸ਼ਨ ਦੇ ਵਿੱਚ ਜਦੋਂ ਕੇਵਲ ਢਿੱਲੋ ਲੜ ਰਹੇ ਸੀਗੇ ਤਾਂ ਉਹ ਅੱਗੇ ਆ ਕੇ 15% ਦਾ ਨੁਕਸਾਨ ਇਹਨਾਂ ਨੂੰ ਚੁੱਕਣਾ ਪਿਆ। ਉਹ ਇੱਕ ਤੇ ਇਹ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਹ ਸਾਰਾ ਵੋਟ ਇਕੱਠਾ ਕਰਨਾ ਪਾਊਗਾ। ਪਰ ਦੂਜੀ ਇੱਕ ਉਮੀਦ ਇਹ ਹੈ ਕਿ ਜਿਸ ਤਰ੍ਹਾਂ ਦਾ ਮਤਲਬ ਕਿ ਸਿਮਰਨਜੀਤ ਸਿੰਘ ਮਾਨ ਵੋਟ ਹਾਸਲ ਕਰ ਲੈਂਦੇ ਆ ਇਹਨਾਂ ਦੇ ਕੋਲ ਵੀ ਉਹ ਚੀਜ਼ ਹੈਗੀ ਆ ਪੰਥਕ ਮੁੱਦੇ ਉਭਾਰਦੇ ਆ ਸਭ ਕੁਝ ਹੈ ਪਰ ਰੌਲਾ ਪੈਣਾ ਕਿ ਕਾਂਗਰਸ ਪਾਰਟੀ ਬਣੀ ਹੋਆ ਜਿਵੇਂ ਤੁਸੀਂ ਇੱਕ ਇੰਟਰਵਿਊ ਕੀਤੀ ਸੀ ਪ੍ਰੋਫੈਸਰ ਮਹਿੰਦਰਪਾਲ ਹੋਰਾਂ ਦੀ ਤਾਂ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਮਤਲਬ ਕਿ ਐਸੀ ਭੱਜਨ ਨਹੀਂ ਦੇਵਾਂਗੇ ਸੁਖਪਾਲ ਖੈਰਾਂ ਨੂੰ ਹਾਂ ਅਸੀਂ ਸਵਾਲ ਕਰਾਂਗੇ ਅਸੀਂ ਸਵਾਲ ਕਰਾਂਗੇ ਤਾਂ ਪੰਥਕ ਮੁੱਦਿਆਂ ਤੇ ਕਹਿ ਲੋ ਕਿ ਕਾਫੀ ਕੁਝ ਨਿਰਪਰ ਕਰਦਾ ਹੈ ਕਾਫੀ ਚੈਲੈਂਜਿੰਗ ਸਿਚੁਏਸ਼ਨ ਹੈ ਸੁਪਾਲ ਸਿੰਘ ਖੈਰਾ ਵਾਸਤੇ ਨਹੀਂ ਹੈ ਕਿ ਗਰਾਊਂਡ ਬਹੁਤ ਸੌਖਾ ਕਿਉਂਕਿ ਤੁਸੀਂ ਮੀਤ ਹੇਰ ਨੂੰ ਮੈਂ ਜਿਵੇਂ ਅੱਗੇ ਕਿਹਾ ਕਿ باوجود ਇਸ ਦੇ ਸਿਮਰਨਜੀਤ ਸਿੰਘ ਮਾਨ ਨੇ ਕਮਾਲ ਕੀਤੀ ਸੀ باوجود ਇਸ ਦੇ ਵੋਟ ਸ਼ੇਅਰ ਦੇ ਵਿੱਚ ਸਿਰਫ ਕਹਿ ਲੋ ਕਿ 1% ਤੋਂ ਘੱਟ ਦਾ ਜਿਹੜਾ ਨਾ ਫਾਸਲਾ ਸੀਗਾ ਇਹ ਬਹੁਤ ਵੱਡੀ ਗੱਲ ਹੈ ਕਿ ਵੋਟ ਆਮ ਆਦਮੀ ਪਾਰਟੀ ਨੇ ਹੁਣ ਰੌਲਾ ਜਿਹੜਾ ਹੈ ਕਿ ਸੰਗਰੂਰ ਦੇ ਵਿੱਚ ਉਹਨਾਂ ਦੇ ਵਿਧਾਇਕ ਵੀ ਮਸਲਾ ਜਿਹੜਾ ਉਹ ਇਹ ਹੈ ਕਿ ਐਂਟੀ ਇਨਕੰਮਬੈਂਸੀ ਹੁਣ ਉਦੋਂ ਮੁਕਾਬਲੇ ਕਿੰਨੇ ਆ ਹਾਂ ਹੁਣ ਕਿੰਨੇ ਕਿ ਕਿੰਨਾ ਫਰਕ ਪੈਂਦਾ ਐਂਟੀ ਇਨਕੰਮਬੈਂਸੀ ਕਈ ਵਾਰ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਦੇ ਤੇ ਭਾਰੀ ਪੈ ਜਾਂਦੀ ਹੁੰਦੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਜਿਹੜਾ ਇਹਨਾਂ ਦਾ ਮਸਲਾ ਹੈ ਖਾਸ ਤੌਰ ਤੇ ਜੇ ਦੇਖੀਏ ਤਾਂ ਕਿਤੇ ਨਾ ਕਿਤੇ ਇੱਕ ਇਹ ਵੀ ਮਾਈਂਡ ਗੇਮ ਹੁੰਦੀ ਆ ਨਾ ਕਿ सीएम ਬਨਾਮ ਖਹਿਰਾ ਬਣਾ ਦਿਓ ਲੜਾਈ ਇੰਨੀ ਵੱਡੀ ਕਰ ਦਿਓ ਕਿ ਸਿਮਰਨਜੀਤ ਸਿੰਘ ਮਾਨ ਪਿੱਛੇ हट ਜਾ ਪਿੱਛੇ ਹਟਣ ਦਾ ਭਾਵ ਇਹ ਹੈ ਕਿ ਉਹ ਇਸ ਫਰੇਮ ਦੇ ਵਿੱਚ ਕਹ ਲੋ ਕਿ ਗਵਾਚ ਜਾਣ ਪਿੱਛੇ ਹੋ ਜਾਣ ਗਵਾਚ ਜਾਣ ਜਾਂ ਜਿਹੜੀ ਵੋਟ ਪ੍ਰਭਾਵਿਤ ਕਰਨੀ ਹੈ ਉਹ ਉਸ ਪ੍ਰਭਾਵਿਤ ਕਰ ਸੀਐਮ ਵਰਸਸ ਖਹਿਰਾ ਹੀ ਬਣਾਉਣ ਦਾ ਯਤਨ ਕੀਤਾ ਜਾਏਗਾ ਔਰ ਤੁਸੀਂ ਇੱਕ ਬਿਆਨ ਖਹਿਰਾ ਸਾਹਿਬ ਦਾ ਸ਼ਾਇਦ ਸੁਣਿਆ ਵੀ ਹੋਏਗਾ ਤਾਂ ਉਹਨਾਂ ਨੇ ਆ ਟਿਕਟ ਅਨਾਉਂਸਮੈਂਟ ਤੋਂ ਕੁਝ ਸਮਾਂ ਪਹਿਲਾਂ ਇੱਕ ਦਾ ਕੱਠ ਹੋਇਆ ਸੀਗਾ ਸ਼ਾਇਦ ਇਹਨਾਂ ਦੇ ਪਿੰਡ ਹਾਂ ਇਹਨਾਂ ਦੀ ਆਪਣੇ ਹਲਕੇ 'ਚ ਹੀ ਸੀ ਹਾਂ ਬਿਲਕੁਲ ਇਹਨਾਂ ਦੇ ਪਿੰਡ ਹੋਇਆ ਸੀਗਾ ਹਾਂਜੀ ਉੱਥੇ ਹੀ ਗੱਲ ਕਹੀ ਹੈ ਇਹਨਾਂ ਨੇ ਮਤਲਬ ਕਿ ਨੈਰੇਟਿਵ ਤਕਰੀਬਨ ਤਕਰੀਬਨ ਤਿਆਰ ਆ ਕਿ ਖੈਰਾ ਵਰਸ ਜਮਾਨ ਤਾਂ ਮਾਨ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਮਸਾਨ ਦੇ ਵਿੱਚ ਮਾਨ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਊਗਾ ਜੇ ਮੰਨ ਲਓ ਸੰਗਰੂਰ ਦੂਜੀ ਵਾਰੀ ਵੀ ਜਾਂਦਾ ਤਾਂ ਸਿਮਰਨਜੀਤ ਸਿੰਘ ਮਾਨ ਜਿੱਤਦੇ ਜਾਂ ਸੁਖਪਾਲ ਸਿੰਘ ਕਹਿਰਾ ਜਿੱਤਦੇ ਆ ਉਹਦੇ ਨਾਲ ਇਹਨਾਂ ਫਰਕ ਨਹੀਂ ਪਏਗਾ ਜਿੰਨਾ ਫਰਕ ਹਾਰ ਨਾਲ ਭਗਵੰਤ ਮਾਨ ਨੂੰ ਪੈਣ ਵਾਲਾ ਹੈ ਬੇਸ਼ੱਕ ਮੀਤ ਇਹਰ ਆਪਾਂ ਨੂੰ ਬਤਾਓ ਦਿੱਲੀ ਵਾਲੇ ਕੋਟੇ ਚੋਂ ਨੇ ਉਹਨਾਂ ਦੀ ਆਪ ਦੀ ਵਕਤ ਹੈ ਬਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਸੀਟ ਕੋਲਮ ਲਾ ਕੇ ਕਹਿ ਸਕਦੇ ਆਪਾਂ ਕਿ ਮਾਨ ਸਾਹਿਬ ਦੇ ਵਿਕਾਰ ਦਾ ਮਸਲਾ ਤੇ ਹੈਗੀ ਹੈ ਕੀ ਨਹੀਂ ਬਿਲਕੁਲ ਹੈਗੀ ਹੈ ਕਿਉਂ ਨਹੀਂ ਹੈ ਜੀ ਉਹ ਜਦੋਂ ਬੀਬੀ ਨਾਲ ਕਿੰਨੇ ਸੀ ਮੰਤਰੀ ਸਹਿਬਾ ਕਿ ਬਈ ਸਿਰੂਰ ਤੇ ਸਾਡੀ ਰਾਜਧਾਨੀ ਹੈ ਤੇ ਜੀ 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 ਬਸ ਉਹ ਰਾਜਧਾਨੀ ਨੂੰ ਕਹ ਲੋ ਕਿ ਇੱਕ ਤਰ੍ਹਾਂ ਨਾਲ ਕਹ ਲੋ ਬਚਾਉਣ ਦਾ ਇੱਕ ਬਚਾਉਣ ਦਾ ਨਹੀਂ ਖੁਸ਼ੀ ਨੂੰ ਵਾਪਸ ਪਾਉਣ ਦਾ ਕਿਤੇ ਨਾ ਕਿਤੇ ਪੂਰਾ ਤਹैया ਤਹੱਦ ਜਿਹੜਾ ਹੈ ਨਾ ਉਹ ਹੋਏਗਾ ਜੀ 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 ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ ਬਾਕੀ ਜਿੱਦਾਂ ਖੈਰਾ ਸਾਹਿਬ ਨੇ ਰਾਤੀ ਫੋਟੋ ਨਵੀਂ ਪਾ ਕੇ ਵੀ ਜਾਕਰ ਨਾਲ ਤਿਆਰੀ ਕਿਤੇ ਰੱਖੀ ਸੀ ਮੈਨੂੰ ਲੱਗਦਾ ਸੀ ਮੈਂ ਕਿਹਾ ਵੀ ਖੈਰਾ ਸਾਹਿਬ ਨੂੰ ਕਿ ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਮੈਂ ਆਉਣਾ ਹੀ ਆਉਣਾ ਮੈਦਾਨ ਦੇ ਵਿੱਚ ਤੇ ਮੈਂ ਆਉਂਗਾ ਤਾਂ ਕਿ ਉਹ ਜੋ ਮੇਰੇ ਨਾਲ ਧੱਕੇਸ਼ਾਹੀ ਹੋਈ ਉਹਦਾ ਬਦਲਾ ਲੈਣਾ ਸੀ ਤੇ ਉਹੀ ਹੈ ਨਾ ਕਿ ਜੰਗ ਜਿਹੜੀ ਹੈ ਤਿਆਰੀ ਸੀ ਉਹਨਾਂ ਦੀ ਪਹਿਲੀ ਜੰਗ ਜਿਹੜੀ ਹੈ ਉਹ ਸੀਐਮ ਵਰਸਸ ਖੈਰਾ ਹੀ ਬਣਨ ਜਾ ਰਹੀ ਆ ਤੇ ਉਹਦੇ ਵਿੱਚ ਕਾਂਗਰਸ ਉਲਝਾਏਗੀ ਕਾਂਗਰਸ ਦਾ ਮੂਵ ਵੀ ਹੀ ਸ਼ਾਇਦ ਬੜਾ ਸੋਚ ਸਮਝ ਕੇ ਚੱਲਿਆ ਗਿਆ ਕਿ ਮਾਨ ਸਾਹਿਬ ਨੂੰ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇੱਕ ਥਾਂ ਤੇ ਉਲਝਾਇਆ ਜਾਵੇ ਜੀ ਗੱਲ ਦੇ لحاظ ਨਾਲ ਜੇ ਦੇਖੀ ਤਾਂ ਹਾਂਜੀ 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 ਉੱਤਰਾ ਕਾਂਗਰਸ ਠੀਕ ਕਰ ਗਈ ਸੂਚੀ ਤੋਂ ਬਾਅਦ ਇਦਾਂ ਲੱਗਦਾ ਸੀਗਾ ਕਿ ਇਹਨਾਂ ਦਾ ਇੱਕ ਵਾਰੀ ਰੋਲ ਕੁਚੋਲਾ ਚੱਲੇਗਾ ਪਰ ਇੰਨੀ ਟੜੇਬੰਦੀ ਜਿਹੜੀ ਆ ਉਹ ਇੰਨੀ ਖਿਲਰੀ ਨਹੀਂ ਹੈ ਜੀ 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 ਬਲਵਿੰਦਰ ਜੀ ਕਹਿੰਦੇ ਪਏ ਜਿੰਨੇ ਇੱਕ ਕੰਮ ਸਾਲ ਦੇ ਵਿੱਚ ਕੰਮ ਕੀਤੇ ਜੀ ਉਸ ਹਿਸਾਬ ਨਾਲ ਜ਼ਿਆਦਾ ਵੋਟਾਂ ਲੈ ਕੇ ਜਾਣਗੇ ਜੀ ਤੇ ਉਹ ਤਾਂ ਬਾਈ ਸੰਗਰੂਰ ਵਾਲੇ ਦੱਸਣਗੇ ਆਪਾਂ ਨੂੰ ਬਾਹਰਲੇ ਹਲਕੇ ਦੇ ਨੂੰ ਹਾਲੇ ਤੱਕ ਥੋੜਾ ਥੋੜਾ ਅਪਡੇਟ ਹੁੰਦੇ ਰਹਿੰਦੇ ਨਾਲ ਦੀ ਨਾਲ ਕੰਬੈਂਸੀ ਬਹੁਤ ਹੈ ਅਤ ਕਿੰ ਦੇਸਨ ਲੱਗ ਪਈ ਮਾਨ ਸਾਹਿਬ ਜੀ ਲੋਕ ਨਾ ਕੈਮਰਿਆਂ ਦੇ ਸਾਹਮਣੇ ਆ ਕੇ ਬੁੱਲਣ ਤੋਂ ਗੁਰੇਜ਼ ਕਰਦੇ ਆ ਪਰ ਹੁਣ ਲੋਕ ਜਿਹੜੇ ਆ ਨਾ ਨਾ ਸਿਰਫ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਹੜਾ ਗੁੱਸਾ ਜ਼ਾਹਰ ਕਰਦੇ ਆ ਬਲਕਿ ਉਹ ਆਪਣਾ ਆਪਸ਼ਨ ਵੀ ਦੱਸਦੇ ਕਿ ਸਾਡੇ ਕੋਲ ਆਪਸ਼ਨ ਕਿਹੜਾ ਹੈ ਮੈਂ ਦੇਖ ਰਿਹਾ ਸੀਗਾ ਇੱਕ ਅਨਕਟ opinion ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਖਰੜ ਦੇ ਬਾਜ਼ਾਰਾਂ ਚ ਲੋਕ ਮਤਲਬ ਕਿ ਨਾ ਸਿਰਫ ਇੰਨਾ ਪ੍ਰਤੀ ਗੁੱਸਾ ਜਿਹੜਾ ਉਹ ਬੁਖਾਰੇ ਸੀਗੇ ਬਲਕਿ ਆਪਸ਼ਨ ਦੱਸ ਰਹੇ ਸੀਗੇ ਕਿ ਕਾਂਗਰਸ ਨੂੰ ਵੋਟ ਪਾ ਦਾਂਗੇ ਮੋਦੀ ਤਾਨਾਸ਼ਾ ਸਾਡੇ ਕੋਲ ਇਹ ਆਪਸ਼ਨ ਮਤਲਬ ਕਿ ਵਗੈਰਾ ਵਗੈਰਾ ਇਸ ਤਰ੍ਹਾਂ ਖੁੱਲ ਕੇ ਜਦੋਂ ਰਿਐਕਸ਼ਨ ਆਉਂਦੇ ਆ ਉਹ ਸਮਝਿਆ ਜਾ ਸਕਦਾ ਹੈ ਕਿ ਸੱਤਾਧਾਰੀ ਤੇਰ ਵਾਸਤੇ ਚੀਜ਼ਾਂ ਨਹੀਂ ਸੌਖੀਆਂ ਨਹੀਂ ਹੈ ਜਿੰਨੀਆਂ ਉਹ ਬੋਲ ਕੇ ਦਰਸਾ ਕੇ ਵਿਖਾਉਂਦੇ ਆ ਕਿ ਹਾਂ ਜੀ ਹਾਂ ਜੀ ਆ ਸਭ ਕੁਝ ਠੀਕ ਹੈ ਜੀ ਐਵਰੀਥਿੰਗ ਇਜ਼ ਓਕੇ ਪਰ ਉਹ ਗੱਲ ਹੈ ਕਿ ਕਿਤੇ ਨਾ ਕਿਤੇ ਜ਼ਮੀਨੀ ਪੱਦਰਤੇ ਮਾਮਲੇ ਥੋੜੇ ਵਿਗੜੇ ਹੁੰਦੇ ਨੇ ਜੀ 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 ਕਵੀਰ ਦੇ ਉੱਪਰ ਕਮੈਂਟ ਸੀਗਾ ਨਿਕਲ ਗਿਆ ਕਹਿੰਦੇ ਕਿ ਜੀ ਮੀਥੇਰ ਜੀ ਦਾ ਆਪਣਾ ਪਰਸਨਲ ਵਿਰੋਧ ਵੀ ਹੈਗਾ ਜੀ ਹਲਕੇ ਦੇ ਵਿੱਚ ਕਹਿੰਦੇ ਕਿ ਤਾਂ ਉਹ ਚੀਜ਼ਾਂ ਵੀ ਫੈਕਟਰ ਡਿਪੈਂਡ ਕਰਦੇ ਭਗਤੀ ਜਿਸ ਤਰ੍ਹਾਂ ਦੇ ਨਾਲ ਦੱਸਿਆ ਆਪਾਂ ਕਿ ਹੌਲੀ ਹੌਲੀ ਲੋਕਾਂ ਦਾ ਮੂਹ ਜਿਹੜਾ ਥੋੜਾ ਥੋੜਾ ਮੰਨ ਦਿੱਕਾ ਪੈ ਜਾਂਦਾ ਹਾਂ ਸੋ ਪਾ ਵੀ ਹੋ ਸਕਦਾ ਹੈ ਸੁਖਵਾਲ ਖੈਰਾ ਦੇਖੋ ਬਹੁਤ ਮਤਲਬ ਕਿ ਕਹ ਲੋ ਕਿ ਬਹੁਤ ਇੱਕ ਤਰ੍ਹਾਂ ਨਾਲ ਵੱਡਾ ਨਾਮ ਬਣ ਗਿਆ ਖਾਸ ਤੌਰ ਤੇ ਕੈਦ ਕੂਦ ਤੋਂ ਬਾਅਦ ਜਿਹੜੀ ਜੇਲ੍ਹ ਦੀ ਕੈਦ ਸੀਗੀ ਨਾ ਉਤਪਾਦ ਦਾ ਨਾਮ ਬਣ ਗਿਆ ਸੁਖਪਾਲ ਸਿੰਘ ਖੈਰਾ ਦਾ ਹਾਂਜੀ ਤੇ ਉਹਦੇ ਵਿੱਚ ਸਾਰਾ ਕੁਝ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਮਾਨ ਸਾਹਿਬ ਦੇ ਨਾਮ ਲਾਉਂਦੇ ਨੇ ਜੀ ਹਾਂ ਅੱਗੇ ਕੀ ਬਣਦਾ ਪਰ ਰੋਚਕ ਹੈ ਰੋਚਕ ਹੈ ਮਾਮਲਾ ਪੂਰਾ ਰੋਚਕ ਹੈ ਪਰ ਕਿਸੇ ਤੇਰ ਵਾਸਤੇ ਵੀ ਮੈਨੂੰ ਨਹੀਂ ਲੱਗਦਾ ਕਿ ਸੌਖਾ ਕੰਮ ਆ ਜੀ 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 ਕਿਸੇ ਵੀ ਤੇਰ ਵਾਸਤੇ ਹਾਂ ਕੰਪੀਟੀਸ਼ਨ ਦਾ ਮੁਕਾਬਲਾ ਹੋ ਸਖਤ ਹੋਈ ਗਈ ਹੋਏਗਾ ਕਿਉਂਕਿ ਕੌਣ ਕਿਹਦੇ ਤੇ ਭਾਰੂ ਪੈਂਦਾ ਉਹ ਆਪਾਂ ਨੂੰ ਹੌਲੀ ਹੌਲੀ ਚੀਜ਼ਾਂ ਸਾਫ਼ ਹੋਣਗੀਆਂ 30 30 ਫੀਸਦੀ ਵੋਟ ਸ਼ੇਅਰ ਜਿਹੜਾ ਹੈ ਨਾ ਉਹ ਚਾਹੀਦਾ ਜਿੱਤਣ ਵਾਸਤੇ 30 ਕੁ ਬਹੁਤ ਜ਼ਿਆਦਾ ਬਣ ਜਾਣਾ ਜਦੋਂ ਵੰਡਵੀਂ ਵੋਟ ਹੋਏਗੀ ਨਾ ਬਹੁਤ ਵੱਡਾ ਬਣ ਜਾਂਦਾ ਇਹ ਵੀ ਮੇਲ ਦਾ ਪੱਥਰ ਜੀ ਜੀ ਜੀ